ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੁਨਾਇਰਾ, ਖੁਸ਼ੀਆਂ ਖੇੜੇ ਸਾਡੇ ਵਿਹੜੇ ਦੀ ਹੋਸਟ ਅਤੇ ਤੁਹਾਡੇ ਸਾਰਿਆਂ ਦੀ ਦੋਸਤ। ਕੀ ਪੇਰੈਂਟ ਹੋਣ ਦੇ ਨਾਤੇ ਅਸੀਂ ਕਦੇ ਵੀ ਆਪਣੇ ਆਪ ਤੋਂ ਇਹ ਪੁੱਛਿਆ ਕਿ ਜਿਸ ਤਰ੍ਹਾਂ ਆਪਾਂ ਆਪਣੇ ਬੱਚਿਆਂ ਦੀ ਅਪਬ੍ਰਿੰਗਿੰਗ ਕਰ ਰਹੇ ਹਾਂ ਉਹ ਸਹੀ ਹੈ ਜਾਂ ਨਹੀਂ? ਕਿ ਆਪਾਂ ਸਾਰੇ ਸਵਾਲ ਬੱਚਿਆਂ ਦੇ ਲਈ ਹੀ ਛੱਡਦੇ ਨੇ ਜਾਂ ਆਪਾਂ ਆਪਣੇ ਆਪ 'ਚ ਹੀ ਹੋ ਕੇ ਰਹਿ ਗਏ ਹਾਂ? ਸ਼ਾਇਦ ਨਹੀਂ, ਇਹ ਤਰੀਕਾ ਸਹੀ ਨਾ ਹੋਵੇ। ਇਸ ਲਈ ਆਪਾਂ ਲੈ ਕੇ ਆਏ ਹਾਂ ਇਸ ਸ਼ੋਅ ਦੇ ਮਾਧਿਅਮ ਰਾਹੀਂ ਤੁਹਾਡੇ ਲਈ ਪੇਰੈਂਟਿੰਗ ਦੇ ਉੱਤੇ ਖਾਸ ਤੌਰ 'ਤੇ ਇੱਕ ਸੀਰੀਜ਼, ਜਿਹਦੇ ਵਿੱਚ ਮੇਰੇ ਨਾਲ ਨੇ ਭਾਈ ਜੀ ਅਗਨੀਹੋਤਰੀ ਅਤੇ ਸਾਹਿਲ ਭਾਈ ਜੀ। ਓਮ ਸ਼ਾਂਤੀ। ਓਮ ਸ਼ਾਂਤੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਜਿੱਦਾਂ ਕਿ ਆਪਾਂ ਕੱਲ੍ਹ ਚਰਚਾ ਕਰ ਰਹੇ ਸੀ ਇਸ ਬਾਰੇ ਕਿ ਪੇਰੈਂਟਿੰਗ ਸਟਾਈਲਸ ਕਿੱਦਾਂ ਡਿਫਰੈਂਟ ਹੋ ਗਏ ਨੇ ਅਤੇ ਕਿੱਦਾਂ ਪੇਰੈਂਟਸ ਆਪਣੇ ਆਪ ਨੂੰ ਲੈ ਕੇ ਕੌਨਸ਼ੀਅਸ ਨਹੀਂ ਰਹੇ ਅਤੇ ਕਿੱਦਾਂ ਆਪਾਂ ਬੱਚਿਆਂ ਨੂੰ ਉਹਨਾਂ ਦੀਆਂ ਛੋਟੀਆਂ ਛੋਟੀਆਂ ਖੁਆਇਸ਼ਾਂ ਨੂੰ ਪਿਆਰ ਦਾ ਨਾਂ ਦੇ ਦਿੱਤਾ ਹੈ, ਪਰ ਆਪਾਂ ਅਸਲੀ ਵੈਲਿਊ ਅਤੇ ਅਸਲੀ ਮੋਰਲਸ ਭੁੱਲ ਗਏ ਹਾਂ ਪੇਰੈਂਟਿੰਗ ਦੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਪੇਰੈਂਟਸ ਨੂੰ ਥੋੜ੍ਹਾ ਜਿਹਾ, ਜਦੋਂ ਬੱਚਾ ਬੱਚੇ ਦੀ ਸਾਈਕੋਲੋਜੀ ਨੂੰ ਨਾ ਦੇਖਦੇ ਹੋਏ, ਬੱਚੇ ਦੀ ਕਪੈਸਿਟੀ ਨੂੰ ਨਾ ਦੇਖਦੇ ਹੋਏ, ਬੱਚਾ ਸਕੂਲ ਤੋਂ ਆਉਂਦਾ, ਉਸ ਤੋਂ ਆਉਂਦੇ ਹੀ ਆਪਾਂ ਕੁਐਸਚਨ ਕਰਨਾ ਸ਼ੁਰੂ ਕਰ ਦਿੰਦੇ ਹਾਂ। ਬੇਟੇ ਖਾਣਾ ਖਾਇਆ, ਟਿਫਿਨ ਦਿਖਾਓ, ਅਤੇ ਉਹ ਟਿਫਿਨ ਵੀ ਚੈੱਕ ਕਰਨਾ ਸ਼ੁਰੂ ਕਰਦੇ ਆ। ਅਤੇ ਉਸ ਤੋਂ ਬਾਅਦ ਦੂਸਰਾ ਕੁਐਸਚਨ ਉਹਨਾਂ ਹੁੰਦਾ ਕਿ ਤੁਸੀਂ ਅੱਜ ਤੁਹਾਡਾ ਟੈਸਟ ਕਿਵੇਂ ਰਿਹਾ, ਕਿੰਨੇ ਨੰਬਰ ਆਏ, ਅਤੇ ਇਸੇ ਤਰ੍ਹਾਂ ਹੀ ਕੁਐਸਚਨ 'ਤੇ ਕੁਐਸਚਨ ਉਹਨੂੰ ਪੁੱਛਣਾ ਸ਼ੁਰੂ ਕਰਦੇ ਆ। ਅਤੇ ਉਸ ਨੂੰ ਸਾਰੇ ਦਿਨ ਲਈ ਫਿਰ ਦੂਸਰਾ, ਜੇਕਰ ਉਹਦੇ ਬਾਈ ਚਾਂਸ ਕੱਪੜੇ ਕੁਛ ਗੰਦੇ ਹੋ ਗਏ, ਅੱਜ ਫਿਰ ਸਾਰੇ ਕੱਪੜੇ ਗੰਦੇ ਕਰਕੇ ਆ ਗਿਆ, ਮਤਲਬ ਉਸ ਦੇ ਉੱਤੇ ਨੈਗੇਟਿਵ ਤੋਂ ਨੈਗੇਟਿਵ ਤੋਂ ਨੈਗੇਟਿਵ ਕੁਐਸਚਨ ਪੁੱਛਦੇ ਜਾਂਦੇ ਆ। ਤੇ ਫਿਰ ਅੱਛਾ ਤੁਹਾਡੇ ਨੰਬਰ ਕਿੰਨੇ ਆਏ ਟੈਸਟ ਦੇ ਵਿੱਚ, ਉਹ ਦੱਸਦਾ ਮੇਰੇ ਇੰਨੇ। ਅੱਛਾ ਪੜੋਸੀ ਦੇ ਨੰਬਰ ਕਿੰਨੇ ਆਏ, ਉਹਦੇ ਨਾਲ ਕੰਪੈਰੀਜ਼ਨ ਕਰਨਾ ਸ਼ੁਰੂ ਕਰਦੇ ਆ। ਅੱਛਾ ਹਰ ਆਤਮਾ ਆਪਣਾ ਪਾਰਟ ਲੈ ਕੇ ਆਈ ਹੈ, ਆਪਣੀ ਆਪਣੀ ਕੈਪੈਸਿਟੀ ਆ ਉਹਦੀ ਪੜ੍ਹਨ ਦੀ, ਅਤੇ ਆਪਣੀ ਇੰਟੈਲੀਜੈਂਸ ਆਪਣੀ ਆਪਣੀ ਹਰ ਇੱਕ ਦੀ ਹੈ। ਅਤੇ ਉਹ ਫਿਰ ਡਾਂਟਣਾ ਸ਼ੁਰੂ ਕਰਦੇ, ਤੈਨੂੰ ਦੇਖ ਸਭ ਤੋਂ ਜ਼ਿਆਦਾ ਫੈਸਿਲਿਟੀਜ਼ ਅਸੀਂ ਦੇ ਰਹੇ ਹਾਂ, ਉਹਦੇ ਨਾਲੋਂ ਜ਼ਿਆਦਾ ਫੈਸਿਲਿਟੀਜ਼ ਦੇ ਰਹੇ ਹਾਂ, ਅਤੇ ਨੰਬਰ ਉਹਦੇ ਜ਼ਿਆਦਾ ਆਏ, ਤੇਰੇ ਘੱਟ ਕਿਉਂ ਆਏ? ਅਤੇ ਉਹਨੂੰ ਇਸ ਤਰ੍ਹਾਂ ਫਾਇਰਿੰਗ ਸ਼ੁਰੂ ਹੋ ਜਾਂਦੀ ਆਉਂਦੇ ਉਸੇ। ਅਸੀਂ ਪੋਟੈਂਸ਼ੀਅਲ ਨੂੰ ਕੰਪੇਅਰ ਕਰਨ ਸ਼ੁਰੂ ਕਰ ਦਿੰਦੇ ਹਾਂ ਫੈਸਿਲਿਟੀਜ਼ ਨਾਲ, ਬਿਲ ਦੂਜੇ ਬੱਚਿਆਂ ਦੇ ਨਾਲ ਕੰਪੇਅਰ ਕਰਨਾ ਸ਼ੁਰੂ ਕਰਦੇ ਹਾਂ। ਅਤੇ ਹੁਣ ਜੇਕਰ ਅਸੀਂ ਇਹੀ ਗੱਲ ਨੂੰ ਬੱਚੇ ਨੂੰ ਪਿਆਰ ਨਾਲ ਆਉਂਦਿਆਂ ਹੀ ਸਭ ਤੋਂ ਪਹਿਲਾਂ ਤਾਂ ਉਹਨੂੰ 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 ਹੱਗ ਕਰੀਏ, ਉਹਨੂੰ ਜੱਫੀ ਪਾ ਕੇ ਪਿਆਰ ਕਰੀਏ, ਬੱਚੇ ਅੱਛਾ ਰਿਹਾ ਤੇਰਾ ਸਕੂਲ ਦੇ ਵਿੱਚ, ਪੇਰੈਂਟਿੰਗ ਅਸਲੀ ਇਹ ਹੈ, ਨਾ ਕਿ ਆਉਂਦੇ ਹੀ ਤੁਸੀਂ ਫਾਇਰਿੰਗ ਕਰਨਾ ਸ਼ੁਰੂ ਕਰ ਦਿਓ ਬੱਚੇ ਤੇ। ਤੇ ਉਸ ਦੇ ਉੱਤੇ ਬੱਚੇ ਦੇ ਨਾਲ ਦਿਨ ਦੇ ਵਿੱਚ ਕਈ ਕੁਛ ਗੁਜ਼ਰਿਆ ਹੋਏਗਾ, ਕੁਛ ਬੱਚਿਆਂ ਦੇ ਨਾਲ ਉਹਦੀ ਲੜਾਈ ਵੀ ਜਾਂ ਹੋਰ ਕੁਛ ਵੀ ਹੋ ਸਕਦਾ, ਤੇ ਉਹ ਆਉਂਦਿਆਂ ਉਹਨੂੰ ਪਹਿਲੇ ਤੇ ਪ੍ਰੇਮ ਚਾਹੀਦਾ, ਜਿਵੇਂ ਉਹਨੂੰ ਆਉਂਦਿਆਂ ਹੱਗ ਕਰਕੇ, ਫਿਰ ਉਸਨੂੰ ਪੁੱਛਣਾ ਕਿ ਸਾਰਾ ਦਿਨ ਠੀਕ ਰਿਹਾ, ਅੱਜ ਕਿਸੇ ਬੱਚੇ ਨੂੰ ਤੂੰ ਕੁਛ ਹੈਲਪ ਕੀਤੀ, ਕਿਸੇ ਬੱਚੇ ਦੀ ਮਦਦ ਕੀਤੀ, ਤੇ ਕਿਸੇ ਬੱਚੇ ਨਾਲ ਕੁਛ ਸ਼ੇਅਰਿੰਗ ਕੀਤੀ, ਤੇ ਉਹਦੇ ਨਾਲ ਕੀ ਲੰਚ ਕਿਸ ਬੱਚੇ ਨਾਲ ਸ਼ੇਅਰ ਕੀਤਾ। ਤੇ ਇਹੋ ਜਿਹੀਆਂ ਗੱਲਾਂ ਚੰਗੀਆਂ ਚੰਗੀਆਂ ਗੱਲ ਕਰਨ ਦੀ ਬਜਾਏ ਆਪਾਂ ਨੈਗੇਟਿਵ ਪਾਸੇ ਨੂੰ ਚੱਲ ਪੈਂਦੇ ਹਾਂ। ਤੇ ਇੱਥੋਂ ਤੱਕ ਵੀ ਕਈ ਵਾਰ ਤੇ ਮਤਲਬ ਕੱਪੜੇ ਗੰਦੇ ਕਰਕੇ ਆਇਆ, ਬੈਗ ਖਰਾਬ ਕਰਕੇ ਲਿਆ, ਟਿਫਿਨ ਭੁੱਲ ਆਇਆ, ਉਹਦੇ ਉੱਤੇ ਡਾਂਟਣਾ ਸ਼ੁਰੂ ਹੋ ਜਾਂਦਾ। ਬੱਚਾ ਤੇ ਬੱਚਾ ਹੀ ਹੈ, ਉਹਦੇ ਕੋਲ ਛੋਟੀਆਂ ਮੋਟੀਆਂ ਭੁੱਲਾਂ ਤੇ ਹੋ ਸਕਦੀਆਂ, ਗਲਤੀਆਂ ਵੀ ਹੋ ਸਕਦੀਆਂ। ਤੇ ਸਾਨੂੰ ਤਾਂ ਪੇਰੈਂਟ ਦੇ ਤੌਰ ਤੇ ਮਾਫ਼ ਕਰਨਾ ਚਾਹੀਦਾ, ਨਾ ਕਿ ਉਹਨੂੰ ਫਾਇਰਿੰਗ ਕਰਨੀ ਚਾਹੀਦੀ ਹੈ। ਆਪਾਂ ਇੱਕ ਬੌਸ ਬਣ ਕੇ ਹੁਕਮ ਚਲਾਉਣਾ ਸ਼ੁਰੂ ਕਰਦੇ ਹਾਂ। ਸੋ ਰਾਈਟ ਪੇਰੈਂਟਿੰਗ ਕਰਨਾ ਬਹੁਤ ਜ਼ਰੂਰੀ ਹੈ ਬੱਚੇ ਲਈ। ਤੁਸੀਂ ਪੁਰਾਣੇ ਜ਼ਮਾਨੇ 'ਚ ਦੇਖਿਆ ਹੋਏਗਾ,
ਬੱਚਿਆਂ ਨੂੰ ਇੱਕ ਆਦਤ ਸਿਖਾਈ ਜਾਂਦੀ ਸੀ ਜਿਵੇਂ ਆਪ ਮਾਤਾ ਪਿਤਾ ਕਰਕੇ ਦਿਖਾਉਂਦੇ ਸੀ। ਮਾਤਾ ਪਿਤਾ ਖਾਣਾ ਖਾਣ ਲੱਗਦੇ ਸੀ ਉਹ ਸਭ ਤੋਂ ਪਹਿਲਾਂ ਕੀ ਕਰਦੇ ਸੀ, ਪਹਿਲੀ ਰੋਟੀ ਦੇ 3 ਟੁਕੜੇ ਕਰਦੇ ਸੀ। ਇੱਕ ਹਿੱਸਾ ਗਾਏ ਲਈ, ਦੂਜਾ ਹਿੱਸਾ ਕੌਏ ਲਈ ਤੇ ਤੀਸਰਾ ਹਿੱਸਾ ਕੁੱਤੇ ਲਈ। ਤੇ ਉਹ ਉਹਨਾਂ ਨੂੰ ਪਹਿਲਾਂ ਕੱਢਦੇ ਸੀ ਤੇ ਫਿਰ ਉਸਨੂੰ ਉਹ ਖਾਣਾ ਗ੍ਰਹਿਣ ਕਰਦੇ ਸੀ, ਖਾਂਦੇ ਸੀ। ਲੇਕਿਨ ਅੱਜ ਉਹ ਗੱਲਾਂ ਕਿੱਥੇ ਰਹੀਆਂ? ਮਾਤਾ ਪਿਤਾ ਦੇ ਵਿੱਚ ਉਹ ਵੈਲਿਊਜ਼ ਖੁਦ ਵਿੱਚ ਨਹੀਂ ਰਹੀਆਂ ਤੇ ਬੱਚਿਆਂ 'ਚ ਕਿਵੇਂ ਆਣ ਗਿਆ? ਇਹਨੂੰ ਕਹਿੰਦੇ ਦੇਣ ਦੀ ਆਦਤ, ਦਾਤਾਪਣ, ਦਾਤਾਪਣ ਦੀ ਆਦਤ। ਤੇ ਅਸੀਂ ਤਾਂ ਭਿਖਾਰੀ ਦੀ ਆਦਤ ਪਾ ਰਹੇ ਹਾਂ ਬੱਚੇ ਨੂੰ, ਸਗੋਂ ਮਤਲਬ ਸਿੱਖ ਰਹੇ ਹਾਂ ਜੇਕਰ ਕੋਈ ਚੀਜ਼ ਚੰਗੀ ਲੱਗੀ ਹੈ ਤੋ ਬੱਚੇ ਨੂੰ ਦੇਣ ਤੋਂ ਬਜਾਏ, ਪਹਿਲਾਂ ਬੱਚੇ ਨੂੰ ਦੇਣ ਦੀ ਬਜਾਏ ਪਹਿਲਾਂ ਆਪ ਖਾ ਲੈਂਦੇ ਹਾਂ। ਜਦੋਂ ਦੇਣਾ ਪਹਿਲਾਂ ਬੱਚੇ ਨੂੰ ਚਾਹੀਦਾ ਤੇ ਬੱਚਾ ਪਹਿਲਾਂ ਖਾਏ, ਖੁਸ਼ ਹੋਏ, ਤਾਂ ਕਿ ਉਹਨੂੰ ਲੱਗੇ ਕਿ ਮਤਲਬ ਇਹ ਆਦਤ ਹੈ ਦੂਜੇ ਨੂੰ ਦੇਣ ਦੀ। ਇਹ ਵੈਲਿਊਜ਼ ਬੱਚਾ ਸਿੱਖਦਾ ਮਾਤਾ ਪਿਤਾ ਤੋਂ ਸਿੱਖਦਾ। ਪੁਰਾਣੇ ਜ਼ਮਾਨਿਆਂ ਚ ਪਹਿਲਾਂ ਪਸ਼ੂਆਂ ਲਈ ਕੱਢ ਦਿੰਦੇ ਹੁੰਦੇ ਸੀ, ਪਸ਼ੂ ਪਕਸ਼ੀਆਂ ਲਈ, ਤਾਂ ਕਿ ਉਹਨਾਂ ਦੇ ਦਿਲ ਵਿੱਚ ਵੀ ਸਾਡੇ ਲਈ ਆਦਰ ਬਣਿਆ ਰਹੇ, ਇੱਕ ਹਿਊਮੈਨਿਟੀ ਸਾਡੀ ਬਣੀ ਰਹੇ ਕਿਤੇ ਨਾ ਕਿਤੇ। ਉਹ ਬੱਚਿਆਂ ਚ ਵੀ ਆਂਦਾ ਸੀ, ਪਰ ਅੱਜ ਕੱਲ ਤੇ ਇਹ ਸਾਰਾ ਕੁਛ ਮਿਸਿੰਗ ਹੈ, ਜਿੱਦਾਂ ਕਿ ਆਪਾਂ ਵੇਖ ਰਹੇ ਹਾਂ ਕਿ ਬੱਚੇ ਕਿਹੋ ਜਿਹੇ ਹੋ ਗਏ ਨੇ। ਤੇ ਸਾਹਿਲ ਭਾਈ, ਤੁਹਾਡਾ ਇਹਦੇ 'ਚ ਕੀ ਕਹਿਣਾ ਹੈ ਕਿ ਜਿਸ ਤਰ੍ਹਾਂ ਭਰਾਤਾ ਜੀ ਨੇ ਗੱਲ ਕੀਤੀ ਕਿ ਰਵੱਈਆ ਤਾਂ ਪੇਰੈਂਟਸ ਦਾ ਇਹ ਹੋ ਗਿਆ ਹੈ, ਪਰ ਇਹਦਾ ਇਫੈਕਟ ਜਿਹੜਾ ਬੱਚਿਆਂ ਉੱਤੇ ਹੈ ਉਹ ਕਿਹੋ ਜਿਹਾ ਪੈਂਦਾ ਹੈ? ਬਿਲਕੁਲ ਠੀਕ, ਕਿਉਂਕਿ ਜੇ ਪੇਰੈਂਟਸ ਨੂੰ ਪਤਾ ਹੋਏਗਾ ਕਿ ਸਾਡੇ ਐਕਸ਼ਨਸ ਦਾ ਰਿਜ਼ਲਟ ਬੱਚੇ ਤੇ ਕੀ ਹੋਣਾ ਹੈ, ਉਹਦੀ ਲਾਈਫ ਲੌਂਗ ਕੀ ਹੋਣਾ ਹੈ, ਸੋ ਡੈਫੀਨਿਟਲੀ ਉਹਦੇ ਵਿੱਚ ਸਾਡੀ ਵੀ ਇੰਪੋਰਟੈਂਸ ਬੱਚਿਆਂ ਪ੍ਰਤੀ ਜਾਂ ਸਾਡੇ ਐਕਸ਼ਨਸ ਚੇਂਜ ਹੋਣਗੇ। ਸੋ ਇੱਕ ਹੈ ਕਿ ਹੁਣ ਬਹੁਤ ਸਾਰੇ ਓਪੀਨੀਅਨਸ ਆ ਗਏ ਹੈ ਪੇਰੈਂਟਿੰਗ ਦੇ, ਐਂਡ ਕੌਨਫਲਿਕਟਿੰਗ ਹੈ ਬੜਾ ਕੁਛ। ਲੇਕਿਨ ਜੇ ਅਸੀਂ ਇਹਨੂੰ ਸਾਇੰਟੀਫਿਕਲੀ ਦੇਖੀਏ, ਸੋ ਇਹਦੇ ਤੇ ਐਕਚੁਲੀ ਸਿਰਫ ਇੱਕ ਬਹੁਤ ਵੱਡੀ ਸਟੱਡੀ ਹੋ ਚੁੱਕੀ ਹੈ, ਐਂਡ ਇਹ ਸਟੱਡੀ ਸ਼ੁਰੂ ਹੋਈ ਸੀਗੀ 2nd World War ਦੇ ਬਾਅਦ, ਅਰਾਊਂਡ 1946 ਵਿੱਚ, ਐਂਡ ਇਹ ਸਟੱਡੀ ਚੱਲਦੀ ਰਹੀ 70 ਸਾਲ ਵਾਸਤੇ। ਐਂਡ ਇਹਦੇ ਵਿੱਚ ਉਹਨਾਂ ਨੇ ਸ਼ੁਰੂ ਵਿੱਚ 10,000 ਬੱਚੇ ਲੈ ਕੇ ਅੱਛਾ ਅਪਟਿਲ 70,000 ਬੱਚਿਆਂ ਨੂੰ ਸਟੱਡੀ ਕੀਤਾ ਹੈ 70 ਸਾਲ ਵਾਸਤੇ। ਸੋ ਇਹ ਜਿਹੜੇ ਲੋਕ ਹੈਗੇ ਹੈ ਇਹ ਵਰਲਡ ਦੇ ਇਸ ਪਲੈਨਟ ਦੇ ਸਭ ਤੋਂ ਵੈਲ ਸਟੱਡੀਡ ਪੀਪਲ ਹੈਗੇ ਹੈ। ਇਹਨਾਂ ਦਾ ਲਾਈਫ ਸਟਾਈਲ, ਇਹਨਾਂ ਦਾ ਰਹਿਣਾ ਸਹਿਣਾ, ਖਾਣਾ ਪੀਣਾ, ਹੈਲਥ, ਕਿਹੋ ਜਿਹੇ ਘਰਾਂ 'ਚ ਰਹਿੰਦੇ ਹੈ, ਅੱਗੇ ਜਾ ਕੇ ਜੋਬ ਦੇ ਸਕਸੈਸਫੁਲ ਹੋਏ ਕਿ ਨਹੀਂ, ਉਹਨਾਂ ਦੇ ਡਾਇਵੋਰਸ ਰੇਟਸ ਕੀ ਹੋਏ, ਉਹਨਾਂ ਦੇ ਡੈਥ ਰੇਟਸ ਕੀ ਹੋਏ, ਕਿਹਦਾ ਬਲੱਡ ਪ੍ਰੈਸ਼ਰ ਜ਼ਿਆਦਾ ਰਿਹਾ, ਸਾਰੀਆਂ ਚੀਜ਼ਾਂ ਲੋਕਾਂ ਦੀ ਸਟੱਡੀ ਕੀਤੀਆਂ ਗਈਆਂ। ਇਹਨਾਂ ਦੇ DNA ਸੈਂਪਲਸ ਰੱਖੇ, ਨੇਲ ਕਲਿਪਿੰਗਸ ਰੱਖੀਆਂ, ਵਾਲਾਂ ਦੇ ਸੈਂਪਲਸ ਰੱਖੇ, ਐਂਡ ਇਹ ਸਟੱਡੀ ਰੀਅਲੀ ਰੀਅਲੀ ਡਿਫਾਈਨ ਕਰਦੀ ਹੈ, ਇਟਸ ਰੀਅਲੀ ਡਿਫਾਈਨਸ ਕਿ ਸਾਡੇ ਵਿੱਚ ਉਹ ਕਿਹੜੀ ਚੀਜ਼ਾਂ ਹੈ ਜਿਹਦੇ ਨਾਲ ਬੱਚਾ ਜਾ ਕੇ ਫਾਈਨਲੀ ਸਕਸੈਸਫੁਲ ਹੋਏਗਾ ਕਿ ਨਹੀਂ ਹੋਏਗਾ, ਉਹਦੀ ਹੈਲਥ ਠੀਕ ਰਹੇਗੀ ਕਿ ਨਹੀਂ, ਰਿਲੇਸ਼ਨ ਸਕਸੈਸਫੁਲ ਰਹਿਣਗੇ ਕਿ ਨਹੀਂ। ਸੋ ਇਹ ਜਿਹੜੀ ਇੰਨੀ ਵੱਡੀ ਡੀਪ ਸਟੱਡੀ ਹੋਈ ਉਹਦੇ ਵਿੱਚ ਜਿਹੜੇ ਬੱਚਿਆਂ ਨੂੰ ਇਹਨਾਂ ਨੇ 1946 ਵਿੱਚ ਲਿੱਤਾ, ਫਿਰ ਹਰ ਸਾਲ ਉਹਨਾਂ ਨੂੰ ਕੁਐਸਚਨਰਸ ਭੇਜ ਕੇ ਉਹਨੂੰ ਸਟੱਡੀ ਕੀਤਾ, ਉਹਨਾਂ ਦੇ ਰਿਲੇਟਿਵਸ ਵਗੈਰਾ ਸਭ ਕੋਲੋਂ ਲੈ ਕੇ ਇਨਫੋਰਮੇਸ਼ਨ। ਸੋ 2 ਇੰਪੋਰਟੈਂਟ ਫਾਈਂਡਿੰਗਸ ਇਸ ਸਟੱਡੀ ਦੀ ਜੋ ਆਈਆਂ, ਇੱਕ ਪੋਜ਼ਿਟਿਵ ਇੱਕ ਨੈਗੇਟਿਵ। ਜਿਹੜੀ ਨੈਗੇਟਿਵ ਸਟੱਡੀ ਹੈ, ਪੂਰੀ ਨੈਗੇਟਿਵ ਰਿਜ਼ਲਟ ਹੈ ਪੂਰੀ ਸਟੱਡੀ ਦਾ ਸੀਗਾ, ਉਹ ਇਹ ਸੀਗਾ ਕਿ ਜੇ ਤੁਸੀਂ ਇੱਕ ਪੂਅਰ ਬੈਕਗਰਾਉਂਡ ਤੋਂ ਹੈਗੇ ਹੋ, ਇਕਨੋਮਿਕਲੀ ਪਿੱਛੇ, ਕ੍ਰੈਮਪਡ ਘਰਾਂ 'ਚ ਰਹਿੰਦੇ ਹੋ, ਤੁਹਾਨੂੰ ਪ੍ਰੋਪਰ ਉਹ ਲਾਈਫ ਸਟਾਈਲ ਨਹੀਂ ਮਿਲਿਆ, ਮਿਨੀਮਮ ਬੇਸਿਕ ਲਾਈਫ ਸਟਾਈਲ ਨਹੀਂ ਮਿਲਿਆ, ਸੋ ਤੁਸੀਂ ਸ਼ਾਇਦ ਇਹਨੂੰ ਪੂਰੀ ਉਮਰ ਕਵਰ ਨਹੀਂ ਕਰ ਪਾਓਗੇ, ਐਂਡ ਇਹੋ ਜਿਹੇ ਲੋਕਾਂ ਦਾ ਇਹਨਾਂ ਦੀ ਲਰਨਿੰਗ ਅਬਿਲਿਟੀ ਬਾਕੀਆਂ ਤੋਂ ਘੱਟ ਰਹੇਗੀ, ਬਲੱਡ ਪ੍ਰੈਸ਼ਰ ਦੇ ਚਾਂਸਿਸ ਜ਼ਿਆਦਾ ਰਹਿਣਗੇ, ਲਾਈਫ ਐਕਸਪੈਕਟੈਂਸੀ ਘੱਟ ਰਹੇਗੀ, ਸਕਸੈਸ ਅੱਗੇ ਜਾ ਕੇ ਫਾਈਨੈਂਸ਼ੀਅਲੀ ਘੱਟ ਰਹੇਗਾ, ਸੋ ਇਹ ਕਵਰ ਨਹੀਂ ਹੋ ਪਾਉਂਦਾ। ਲੇਕਿਨ ਤੁਸੀਂ ਅਸੀਂ ਦੇਖਿਆ ਹੋਇਆ ਕਿ ਕਈ ਲੋਕ ਬੈਡ ਸਟਾਰਟ ਹੁੰਦੇ ਵੀ ਬੜਾ ਅੱਛਾ ਕਰ ਜਾਂਦੇ ਜ਼ਿੰਦਗੀ ਵਿੱਚ, ਰਾਈਟ? ਇਹੋ ਜਿਹੇ ਐਗਜ਼ਾਮਪਲਸ ਦੇਖੇ ਸਾਡੇ ਕੋਲ, ਕਿੰਨੇ ਐਗਜ਼ਾਮਪਲਸ ਨੇ, ਮੋਦੀ ਜੀ ਪਹਿਲਾਂ ਤਾਂ ਸਭ ਤੋਂ ਵੱਡੀ ਐਗਜ਼ਾਮਪਲ ਨੇ, ਰਾਈਟ? ਮਗਰ ਅਸੀਂ ਔਨ ਐਨ ਐਵਰੇਜ ਸਾਰਿਆਂ ਵਾਸਤੇ ਦੇਖ ਰਹੇ ਹਾਂ, ਸੋ ਜਿਹੜੇ ਲੋਕ ਇਸ ਬੈਡ ਸਟਾਰਟ ਨੂੰ ਕਵਰ ਕਰ ਪਾਏ, ਉਹਦੇ ਵਿੱਚ ਕਿਹੜੀ ਐਸੀ ਖਾਸੀਅਤ ਹੈ ਕਿ ਉਹ ਇਸ ਬੈਡ ਸਟਾਰਟ ਨੂੰ ਕਵਰ ਕਰ ਪਾਉਣ? ਸੋ ਉਹਦਾ ਇੱਕ ਹੀ ਮੇਨ ਰੀਜ਼ਨ ਨਿਕਲਿਆ, ਐਂਡ ਉਹ ਇੱਕ ਮੇਨ ਰੀਜ਼ਨ ਨਿਕਲਿਆ, ਗੁੱਡ ਪੇਰੈਂਟਿੰਗ। ਸੋ ਜਿਹਨਾਂ ਦੀ ਗੁੱਡ ਪੇਰੈਂਟਿੰਗ ਸੀਗੀ ਸ਼ੁਰੂ ਤੋਂ, ਐਸਪੈਸ਼ਲੀ ਫਸਟ 5 ਇਅਰਸ 10 ਇਅਰਸ, ਉਹ ਬੱਚੇ ਇਹੋ ਜਿਹੇ ਹੈਗੇ ਹੈ ਜੋ ਇਹ ਪ੍ਰੋਬਲਮਸ ਨੂੰ ਓਵਰਕਮ ਕਰ ਪਾਏ ਤੇ ਲਾਈਫ ਵਿੱਚ ਇੱਕ ਅੱਛਾ ਹੈਲਦੀ ਜੀਵਨ ਜੀ ਪਾਏ।
ਜੀ, ਜਿੱਦਾਂ ਕਿ ਤੁਸੀਂ ਮੈਨੂੰ ਦੱਸਿਆ ਕਿ ਇਹ ਸਟੱਡੀ ਰਾਹੀਂ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੇ ਇਕਨੋਮਿਕਲੀ ਪੂਅਰ ਬੈਕਗਰਾਊਂਡ ਨੂੰ ਬਿਲੋਂਗ ਕਰਦੇ ਆ ਬੱਚੇ, ਉਹ ਵੀ ਸਕਸੈਸ ਰੇਟ ਨੂੰ ਸਭ ਤੋਂ ਜ਼ਿਆਦਾ ਛੂ ਸਕੇ, ਅਤੇ ਇਹੋ ਜਿਹੀਆਂ ਕਿਹੜੀਆਂ ਚੀਜ਼ਾਂ ਸੀਗੀਆਂ ਜਿਹੜੇ ਉਹਨਾਂ ਪੇਰੈਂਟਸ ਨੇ ਕੀਤੀਆਂ ਕਿ ਉਹ ਸਕਸੈਸਫੁਲ ਹੋ ਚੁੱਕੇ ਇੰਨਾ ਪ੍ਰੋਬਲਮਸ, ਇੰਨੀ ਇਕਨੋਮਿਕਲੀ ਮੈਂਟਲੀ ਚੈਲੇਂਜਡ ਸਰਕਮਸਟਾਂਸਿਸ ਵਿੱਚੋਂ ਵੀ? ਬਿਲਕੁਲ, ਸੋ ਕਿਹੜੀ ਉਹ ਚੀਜ਼ਾਂ ਜਿਹੜੀਆਂ ਪੇਰੈਂਟਸ ਨੇ ਲਿੱਤੀਆਂ ਜਿਹਦੇ ਕਰਕੇ ਇਹ ਬੱਚੇ ਉਹ ਇੱਕ ਬੈਡ ਸਟਾਰਟ ਨੂੰ ਓਵਰਕਮ ਕਰ ਪਾਏ? ਸੋ ਇੱਕ ਬਹੁਤ ਛੋਟੀ ਬੇਸਿਕ ਚੀਜ਼ਾਂ ਸੀਗੀਆਂ, ਜਿਸ ਤਰ੍ਹਾਂ ਭਾਈ ਸਾਹਿਬ ਨੇ ਸ਼ੁਰੂ ਵਿੱਚ ਦੱਸਿਆ ਸੀਗਾ ਕਿ ਜਦ ਬੱਚੇ ਨਾਲ ਅੱਛੀ ਤਰ੍ਹਾਂ ਗੱਲ ਕਰਨਾ, ਪਿਆਰ ਨਾਲ ਉਹਦੀ ਗੱਲ ਸੁਣਨਾ ਤੇ ਵਾਰਮਲੀ ਰਿਸਪੋਂਡ ਕਰਨਾ, ਇਹ ਇੱਕੋ ਚੀਜ਼ ਸੀਗੀ ਜੋ ਪੇਰੈਂਟਸ ਨੇ ਮੈਂਟੇਨ ਕੀਤੀ। ਦੂਸਰਾ, ਸ਼ੁਰੂ ਤੋਂ ਹੀ ਉਹਦੇ ਕਰੀਅਰ ਬਾਰੇ, ਉਹਦੇ ਫਿਊਚਰ ਬਾਰੇ ਕੰਸਰਨ ਰੱਖਣਾ। ਤੁਸੀਂ ਦੇਖਿਆ ਕਈ ਪੇਰੈਂਟਸ ਇੰਝ ਵੀ ਹੁੰਦੇ ਜੋ ਬਹੁਤਾ ਧਿਆਨ ਨਹੀਂ ਦਿੰਦੇ, ਬਟ ਇਹ ਪੇਰੈਂਟਸ ਨੇ ਸ਼ੁਰੂ ਤੋਂ ਹੀ ਧਿਆਨ ਦਿੱਤਾ ਉਹ ਬੱਚਿਆਂ ਵਿੱਚ ਕਿ ਇਹਨਾਂ ਦਾ ਫਿਊਚਰ ਕੀ ਹੋਏਗਾ, ਉਹਨਾਂ ਨੂੰ ਘੁਮਾਉਣਾ ਥੋੜ੍ਹਾ, ਬਾਹਰ ਲੋਕਾਂ ਨੂੰ ਮਿਲਾਉਣਾ, ਇਹੋ ਜਿਹੀ ਚੀਜ਼ਾਂ ਕਰਨਾ। ਦੂਸਰਾ, ਐਸੇ ਦੇ ਵਿੱਚ ਉਹਨਾਂ ਨੇ ਅਬਾਊਟ 10,000 ਬੱਚਿਆਂ ਨੂੰ ਵੱਖਰਾ ਸਟੱਡੀ ਕੀਤਾ ਕਿ ਜਿਹਨਾਂ ਦਾ ਬਿਹੇਵੀਅਰ ਥੋੜ੍ਹਾ ਖਰਾਬ ਹੁੰਦਾ, ਅੱਛਾ, ਅਤੇ ਉਹਦਾ ਕੀ ਰੀਜ਼ਨ ਹੈ। ਸੋ ਇਹ ਐਸੇ ਸਟੱਡੀ ਦੀ ਇੱਕ ਛੋਟੀ ਸਟੱਡੀ ਸੀਗੀ ਜਿਹਨੂੰ ਕਹਿੰਦੇ ਸੀ ਬੈੱਡ ਟਾਈਮ ਸਟੱਡੀ। ਓਕੇ, ਸੋ ਜਿਹੜੇ ਬੱਚਿਆਂ ਦੇ ਬੈੱਡ ਟਾਈਮਸ ਇਰੈਗੂਲਰ ਸੀਗੇ, ਹਾਂਜੀ, ਉਹਨਾਂ ਦੇ ਬਿਹੇਵੀਅਰ ਵਿੱਚ ਵੀ ਪ੍ਰੋਬਲਮਸ ਹੁੰਦੀਆਂ ਸੀਗੀਆਂ, ਅੱਛਾ, ਤੇ ਜਦ ਉਹੀ ਬੱਚਿਆਂ ਦਾ ਬੈੱਡ ਟਾਈਮ ਥੋੜ੍ਹਾ ਰੈਗੂਲਰ ਕੀਤਾ ਗਿਆ ਤੇ ਉਹਨਾਂ ਦਾ ਬਿਹੇਵੀਅਰ ਵੀ ਠੀਕ ਹੋਣਾ ਸ਼ੁਰੂ ਹੋ ਗਿਆ। ਸਿੰਪਲ ਥਿੰਗਸ ਇਹੋ ਜਿਹੀਆਂ। ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਵਿੱਚੋਂ ਨਿਕਲੀ ਕਿ ਤੁਸੀਂ ਦੇਖਿਆ ਕਈ ਪੇਰੈਂਟਸ ਆਪਣੇ ਬੱਚਿਆਂ ਨੂੰ ਆਪੇ ਪੜ੍ਹਾਉਂਦੇ ਆ, ਬੇਸਿਕ ਲੈਟਰਸ, ਬੇਸਿਕ ਨਿਊਮੈਰੀਕਲਸ, ਤੇ ਉਹਨਾਂ ਨੂੰ ਕਿਤਾਬਾਂ ਪੜ੍ਹ ਕੇ ਸੁਣਾਉਂਦੇ ਆ। ਜਿਹੜੇ ਜਿਹੜੇ ਪੇਰੈਂਟਸ ਦੀ ਇਹ ਪਰਟੀਕੁਲਰ ਹੈਬਿਟ ਸੀਗੀ, ਉਹਨਾਂ ਦੇ ਬੱਚੇ ਵੀ ਇਹ ਸਾਰਾ ਬੈਡ ਸਟਾਰਟ ਕਵਰ ਕਰਕੇ ਫਿਊਚਰ 'ਚ ਬਹੁਤ ਅੱਗੇ ਗਏ। ਐਂਡ ਜੋ ਲਾਸਟ ਸਭ ਤੋਂ ਇੰਪੋਰਟੈਂਟ ਫਾਈਂਡਿੰਗ ਸੀਗੀ ਕਿ ਜਿਹੜੇ ਬੱਚਿਆਂ ਨੇ 5 ਸਾਲ ਤੋਂ ਹੀ ਰੀਡਿੰਗ ਦੀ ਹੈਬਿਟ ਬਣਾ ਲਈ ਸੀਗੀ, 5 ਤੋਂ 10 ਸਾਲ ਦੇ ਵਿੱਚ ਭਾਵੇਂ ਕੁਛ ਵੀ ਪੜ੍ਹ ਰਹੇ ਹੋਣ, ਉਹ ਡੈਫੀਨੇਟਲੀ ਜਾ ਕੇ ਇਕਨੋਮਿਕਲੀ ਵੀ ਬੈਟਰ ਸੀਗੇ ਅੱਗੇ ਜਾ ਕੇ। ਸੋ ਇਹ ਸਿਰਫ ਸਿੰਪਲ ਬੇਸਿਕ ਚੀਜ਼ਾਂ ਹੈਗੀਆਂ ਜਿਹਦੇ ਉੱਤੇ ਧਿਆਨ ਉਹ ਸਾਲਾਂ 'ਚ ਦਿੱਤਾ ਗਿਆ, ਸਾਰਾ ਉਹ ਸਟਾਰਟ ਬੈਡ ਸਟਾਰਟ ਕਵਰ ਹੋ ਗਿਆ। ਮੀਨਸ 1 to 5 years ਬੱਚਿਆਂ ਦੇ ਇੰਨੇ ਇੰਪੋਰਟੈਂਟ ਹੁੰਦੇ ਆ ਕਿ ਉਹਨਾਂ ਨੂੰ ਪੇਰੈਂਟਸ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਪਰ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਕਿ ਬੱਚਿਆਂ ਨੂੰ ਘੁਮਾਉਣਾ ਚਾਹੀਦਾ ਹੈ, ਸਾਨੂੰ ਉਹਨਾਂ ਦੇ ਨਾਲ ਵਾਰਮਲੀ ਗੱਲ ਕਰਨੀ ਚਾਹੀਦੀ, ਅੱਜ ਕੱਲ੍ਹ ਦੇ ਪੇਰੈਂਟਸ ਇਹਨੂੰ ਬਹੁਤ ਹੀ ਅਲੱਗ ਵੇ ਨਾਲ ਲੈ ਰਹੇ ਨੇ। ਜਿੱਦਾਂ ਕਿ ਆਪਾਂ ਜਦੋਂ ਘੁੰਮਣ ਦੀ ਗੱਲ ਕਰ ਰਹੇ ਹਾਂ, ਕਿਉਂਕਿ ਅੱਜ ਕੱਲ੍ਹ ਦਾ ਘੁੰਮਣ ਦਾ ਕਲਚਰ ਹੀ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਕਿ ਹਰ ਵੀਕਐਂਡ ਹੁੰਦਾ ਹੈ ਅਤੇ ਆਪਾਂ ਬੈਗਸ ਪੈਕ ਕਰਦੇ ਹਾਂ, ਬੱਚਿਆਂ ਨੂੰ ਚੱਕਦੇ ਹਾਂ ਅਤੇ ਕਹਿੰਦੇ ਹਾਂ ਚਲੋ ਚੱਲੀਏ। ਪਰ ਕੀ ਉਹ ਘੁੰਮਣਾ ਵੀ ਸਹੀ ਹੁੰਦਾ? ਆਪਾਂ ਕਲੱਬਿੰਗ ਦਾ ਅੱਜ ਕੱਲ੍ਹ ਇੱਕ ਬਹੁਤ ਫੈਸ਼ਨ ਚੱਲ ਪਿਆ, ਜਦੋਂ ਪੇਰੈਂਟਸ ਜਾਂਦੇ ਨੇ, ਅੱਜ ਕੱਲ੍ਹ ਐਲਕੋਹਲ ਕੰਜ਼ਿਊਮ ਕਰ ਰਹੇ ਨੇ, ਸਭ ਕੁਛ ਕਰ ਰਹੇ, ਉਹ ਬੱਚੇ ਵੇਖਦੇ ਹਨ ਅਤੇ ਉਹ ਜੇ ਸਰਕਲ ਵਿੱਚ ਗਰੋ ਅਪ ਕਰ ਰਹੇ ਨੇ, ਅਤੇ ਪੇਰੈਂਟਸ ਲਈ ਘੁੰਮਣਾ ਉਹ ਇਹ ਹੋ ਗਿਆ ਅੱਜ ਕੱਲ੍ਹ। ਉਹਨਾਂ ਦੇ ਲਈ ਘੁੰਮਣਾ ਉਹ ਨਹੀਂ ਰਿਹਾ ਕਿ ਆਪਾਂ ਚਲੋ ਕਿਸੇ ਨੇਚਰ ਦੇ ਨਾਲ ਜਿਹੜੀ ਸੰਬੰਧਿਤ ਕੋਈ ਅੱਛੀ ਜਿਹੀ ਟ੍ਰਿਪ ਲੈ ਲਈਏ, ਜਾਂ ਚਲੋ ਕਿਸੇ ਥੀਰਤ ਸਥਾਨ 'ਤੇ ਚੱਲੀਏ, ਜਾਂ ਕੋਈ ਸਪਿਰਚੁਅਲ ਜਗ੍ਹਾ ਨਾਲ ਚੱਲੀਏ, ਜਾ ਕੇ ਜੁੜ ਕੇ ਆਈਏ, ਉਹਨਾਂ ਨੂੰ ਘੁੰਮਾ ਲਈਏ ਆਪਾਂ, ਅਤੇ ਇਹ ਇੱਕ ਬਹੁਤ ਹੀ ਬੈਕਗਰਾਊਂਡ ਕਲਚਰਲ 'ਚ ਬਹੁਤ ਜ਼ਿਆਦਾ ਫਰਕ ਆ ਚੁੱਕਿਆ। ਅਤੇ ਨਾਲੇ ਇੱਕ ਹੋਰ ਚੀਜ਼ ਜਿਹੜੀ ਤੁਸੀਂ ਮੈਨਸ਼ਨ ਕੀਤੀ ਕਿ ਬੱਚਿਆਂ ਨਾਲ ਵਾਰਮਲੀ ਗੱਲ ਕਰਨੀ, ਉਹ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਕੱਲ੍ਹ ਕਿੰਨੇ ਵੀ ਉਮਰ ਦਾ ਬੰਦਾ ਕਿਉਂ ਨਾ ਹੋਵੇ, ਚਾਹੇ ਉਹ ਬੱਚੇ ਕਿਉਂ ਨਾ ਹੋਣ, ਪਰ ਅਸੀਂ ਉਹ ਵਾਰਮਥ, ਉਹ ਜਿਹੜਾ ਇੱਕ ਇਮੋਸ਼ਨਲ ਜਿਹੜੀ ਅਟੈਚਮੈਂਟ ਹੈ, ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਮਿਸਿੰਗ ਹੋ ਚੁੱਕੀ ਹੈ, ਕਿਉਂਕਿ ਆਪਾਂ ਪਿਆਰ ਨਾਲ ਨਾ ਗੱਲ ਕਰਦੇ ਹਾਂ, ਨਾ ਆਪਾਂ ਪਿਆਰ ਨਾਲ ਗੱਲ ਸੁਣਦੇ ਹਾਂ। ਆਪਾਂ ਸਾਰਾ ਟਾਈਮ ਵਰਕ ਪ੍ਰੈਸ਼ਰ ਅਤੇ ਇਕਨੋਮਿਕ ਪ੍ਰੈਸ਼ਰ ਜਾਂ ਫੈਮਿਲੀ ਪ੍ਰੈਸ਼ਰ ਕਿਸੇ ਨਾ ਕਿਸੇ 'ਤੇ ਦਬੇ ਹੋਏ ਹਾਂ, ਪੇਰੈਂਟਸ ਵੀ, ਅਤੇ ਉਹ ਕੀ ਕਰਨ ਇਸ ਤਰ੍ਹਾਂ ਦਾ ਕਿ ਉਹ ਆਪਣੇ ਰਵੱਈਏ ਵਿੱਚ ਥੋੜ੍ਹਾ ਹਲੀਮੀ, ਥੋੜ੍ਹੀ ਇੱਕ ਬਲਿਸ, ਥੋੜ੍ਹਾ ਵਾਰਮਥ ਲਿਆਏ ਆਪਣੇ ਬੱਚਿਆਂ ਲਈ, ਖਾਸ ਕਰ ਜਦੋਂ ਆਪਾਂ ਉਹਨਾਂ ਦੇ ਨਾਲ ਗੱਲ ਕਰ ਰਹੇ ਹੋ, ਜਾਂ ਖਾਸ ਕਰ ਜਦੋਂ ਬੱਚਿਆਂ ਤੋਂ ਕੋਈ ਭੁੱਲ ਹੋ ਜਾਵੇ, ਅਤੇ ਇਹ 'ਚ ਤੁਹਾਡਾ ਕੀ ਕਹਿਣਾ? ਛੋਟੇ ਬੱਚੇ ਦੇਖੋ, ਉਹਨਾਂ ਤੋਂ ਭੁੱਲ ਹੋਣਾ ਤਾਂ ਇੱਕ ਬੜਾ ਸੁਭਾਵਿਕ ਹੈ। ਅਸੀਂ ਕੀ ਕਰਦੇ ਹਾਂ, ਪਿਤਾ ਦਾ ਜਿਹੜਾ ਰੋਲ ਹੈ ਉਹ ਕੀ ਕਰਦੇ ਨੇ, ਉਹ ਵੀਕਐਂਡ ਦੇ ਵਿੱਚ ਬੱਚੇ ਨੂੰ ਕਹਿੰਦੇ ਨੇ ਹਾਂ ਵੀ ਤੁਹਾਨੂੰ ਕੀ ਚਾਹੀਦਾ, ਉਹ ਲੈ ਦਿਓ, ਜਾਂ ਫਿਰ ਉਹਨੂੰ ਕਹਿਣਗੇ ਚਲੋ ਅੱਜ ਤੁਹਾਨੂੰ ਆਊਟਿੰਗ ਕਰਵਾ ਦਿੰਦੇ ਹਾਂ, ਤੁਹਾਨੂੰ ਖਾਣਾ ਖਵਾ ਦਿੰਦੇ ਹਾਂ। ਉਹ ਇੱਕ ਪਰਟੀਕੁਲਰ ਜਿੱਥੇ ਉਹਦਾ ਫਾਦਰ ਦਾ ਇੰਟਰਸਟ ਹੁੰਦਾ ਉਸ ਹੋਟਲ 'ਚ ਲਿਜਾਏਗਾ, ਉਹੀ ਇੱਕ ਫਿਕਸ ਮੈਨੂੰ ਦਾਲ ਮੱਖਣੀ ਅਤੇ ਪਨੀਰ ਲਿਆ ਦਿਓ ਜੀ, ਇਹੀ ਫਿਕਸ ਮੈਨੂੰ ਹੁੰਦਾ। ਉਹ ਐਵਰੀ ਵੀਕ ਦੇ ਡੂ ਇਜ਼ ਉਹੀ ਸੇਮ ਚੀਜ਼ ਨੂੰ ਰਿਪੀਟ ਕਰਦੇ ਆ। ਬੱਚੇ ਲਈ ਕੋਈ ਨਵੀਂ ਚੀਜ਼ ਬੱਚੇ ਨੂੰ ਨਹੀਂ ਪੁੱਛਦੇ,
ਕਿ ਬੱਚੇ ਤੇਰਾ ਕੀ ਇੰਟਰਸਟ ਹੈ, ਤੂੰ ਅੱਜ ਕੀ ਖਾਣਾ ਚਾਹੇਗਾ, ਕਿਉਂਕਿ ਉਹਨੂੰ ਇੱਕ ਆਦਤ ਪਾਤੀ, ਸਿੱਧੇ ਬੱਚੇ ਨੂੰ ਚੁੱਕਿਆ ਇੱਕ ਪਰਟੀਕੁਲਰ ਹੋਟਲ 'ਚ ਲਗਾਏ, ਸੇਮ ਮੀਨੂ ਖਾਇਆ, ਘਰ ਆ ਗਏ, ਫਾਦਰ ਨੇ ਇੱਥੋਂ ਤੱਕ ਰੱਖਿਆ। ਲੇਕਿਨ ਉਸ ਬੱਚੇ ਦੀਆਂ ਹੋਰ ਡਿਮਾਂਡਸ, ਹੋਰ ਨੀਡਸ, ਬੱਚੇ ਨੂੰ ਫਰੀਡਮ ਥੋੜ੍ਹੀ ਬਹੁਤ, ਤੇ ਬੱਚੇ ਨੂੰ ਕੁਛ ਆਪਸ਼ਨਸ ਦੇਣਾ ਬਹੁਤ ਜ਼ਰੂਰੀ ਹੈ। ਜਦੋਂ ਬੱਚਾ ਘਰ ਆਇਆ ਤੇ ਉਹਨੂੰ ਥੋੜ੍ਹੀਆਂ ਆਪਸ਼ਨ ਦੇਣਾ, ਬੱਚੇ ਕਿਹੜੇ ਵੇਲੇ ਤੁਸੀਂ ਪੜ੍ਹਨਾ ਪਸੰਦ ਕਰੋਗੇ, ਕਿਹੜੇ ਵੇਲੇ ਤੁਸੀਂ ਖੇਡਣਾ ਚਾਹੋਗੇ, ਤੇ ਉਹਨੂੰ ਦੋ ਤਿੰਨ ਆਪਸ਼ਨਸ ਦੇ ਦਿਓ। ਉਹਦੇ ਲਈ ਆਰਡਰ ਨਾ ਦਿਓ, ਬੈਠ ਪੜ੍ਹ ਪਹਿਲੇ ਆਪਣਾ ਹੋਮਵਰਕ ਕਰ, ਦੈਨ ਓਨਲੀ ਯੂ ਕੈਨ ਗੋ ਫਾਰ ਪਲੇਇੰਗ। ਤੁਸੀਂ ਖੇਡਣ ਲਈ ਤਾਂ ਹੀ ਜਾ ਸਕਦੇ ਹੋ, ਅਦਰਵਾਈਜ਼ ਨਹੀਂ ਜਾ ਸਕਦੇ। ਤੇ ਜਦੋਂ ਆਰਡਰ ਦੇਣਾ, ਬੱਚਾ ਅੰਦਰੋਂ ਦੁਖੀ ਹੋ ਕੇ ਜੇ ਪੜ੍ਹਨ ਲਈ ਬੈਠ ਵੀ ਜਾਏਗਾ, ਪਰ ਮਨ ਨਹੀਂ ਲੱਗੇਗਾ, ਬਿਲਕੁਲ ਕੰਸੈਂਟ੍ਰੇਸ਼ਨ ਉਹਦੀ ਬਣੇਗੀ ਨਹੀਂ, ਕਿਉਂਕਿ ਉਹਨੂੰ ਹੁਕਮ ਹੈ, ਇੱਕ ਹੁਕਮ ਮੰਨਣਾ ਪੈ ਰਿਹਾ, ਪਤਾ ਵੀ ਜੇ ਅਗਰ ਨਹੀਂ ਪੜ੍ਹਿਆ ਤੇ ਫੇਲ ਹੋ ਜਾਏਗਾ ਤੇ ਝਾੜੂ ਮਾਰੇਗਾ ਜਾਂ ਕੇਲੇ ਵੇਚੇਗਾ। ਹਾਂਜੀ, ਇਹੋ ਜਿਹੀਆਂ ਗੱਲਾਂ ਬੱਚੇ ਨਾਲ ਕਰਨਾ, ਬੱਚੇ ਨੂੰ ਬਹੁਤ ਡੀਮੋਰਲਾਈਜ਼ ਕਰਨਾ, ਬੱਚੇ ਨੂੰ ਡੀਮੋਰਲਾਈਜ਼ ਕਰਨਾ, ਉਸ ਨੂੰ ਤੁਸੀਂ ਮਤਲਬ ਉਹਦੀ ਬੇਇੱਜ਼ਤੀ ਸਮਝ ਲਓ ਕਰਨਾ ਹੋ ਗਿਆ। ਤੁਸੀਂ ਇਹ ਗੱਲ ਜੇਕਰ ਖਾਣਾ ਖਾ ਲਿਆ, ਨਹੀਂ ਤਾਂ ਬਹੁਤ ਕਮਜ਼ੋਰ ਹੋ ਜਾਏਗਾ, ਪੜੋਸੀਆਂ ਦੇ ਬੱਚੇ ਵੀ ਤੈਨੂੰ ਕੁੱਟਣਗੇ, ਤਾਕਤਵਰ ਬਣਨਾ ਤੇ ਖਾ, ਇਹ ਵੀ ਖਾ, ਇਹ ਵੀ ਖਾ, ਇਹ ਵੀ ਖਾ, ਬੱਚੇ ਦੀ ਆਜ਼ਾਦੀ ਦੇ ਵਿੱਚ ਬਿਲਕੁਲ ਤੁਸੀਂ ਖਲਲ ਪਾ ਦਿੰਦੇ ਹੋ। ਪੇਰੈਂਟਸ ਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਬੱਚੇ ਨੂੰ ਲਿਬਰਟੀ ਦੇਣੀ ਚਾਹੀਦੀ ਹੈ। ਜੇ ਜਿਹੜੀ ਉਹਦੀ ਕਮੀ ਹੈ ਉਸ ਨੂੰ ਆਪਾਂ ਇੰਨਾ ਉਜਾਗਰ ਕਰਾਂਗੇ, ਤੈਨੂੰ ਤਾਂ ਕਰਨਾ ਹੀ ਨਹੀਂ ਆਉਂਦਾ, ਤੂੰ ਤੇ ਕੰਮ ਕਰ ਹੀ ਨਹੀਂ ਸਕਦਾ, ਉਹਨੂੰ ਡਿਸਕਰੇਜ ਕਰਦੇ ਰਹਿੰਦੇ ਆ। ਉਹ ਵੀ ਚਾਰ ਲੋਕਾਂ ਦੇ ਸਾਹਮਣੇ, ਉਹ ਵੀ ਸਾਰਿਆਂ ਸਾਹਮਣੇ ਵੀ ਕਰ ਦਿੰਦੇ ਨੇ ਕਈ ਵਾਰ। ਤੁਸੀਂ ਦੇਖੋ ਸਾਹਿਬ ਵੀ ਸਾਨੂੰ ਕਹਿੰਦੇ ਰਹਿੰਦੇ ਸਾਰਾ ਟਾਈਮ, ਇਹ ਵੀ ਖਾ, ਇਹ ਵੀ ਖਾ, ਨਹੀਂ ਤਾਂ ਇਹ ਹੋ ਜਾਏਗਾ। ਯੈਸ, ਨਹੀਂ ਉਹ ਹੈਲਦੀ ਹੈਬਿਟਸ ਤੁਹਾਡੀਆਂ ਹੋਣੀਆਂ ਚਾਹੀਦੀਆਂ। ਜੇ ਤੁਹਾਡੇ ਅੰਦਰ ਹੈਲਦੀ ਹੈਬਿਟਸ ਹੈ, ਯੂ ਕੈਨ ਇਨਕਲਕੇਟ ਇਨ ਚਿਲਡਰਨ। ਵੈਰੀ ਟਰੂ। ਮੈਂ ਤੁਹਾਨੂੰ ਦੱਸਾਂ ਕਿ ਮੈਂ ਜਦੋਂ ਬੱਚਿਆਂ ਕੋਲ ਆਸਟ੍ਰੇਲੀਆ ਜਾਣਾ ਤੇ ਉਹ ਮੈਂ ਜਦੋਂ ਖੁਦ ਮਤਲਬ ਜੋ ਮੈਂ ਅਰਲੀ ਮਾਰਨਿੰਗ ਮੈਂ ਦਲੀਆ ਖਾਣਾ, ਬਦਾਮ ਭਿਓਏ ਹੋਏ ਰਾਤ ਨੂੰ ਉਹ ਸਵੇਰੇ ਖਾਣਾ, ਤੇ ਉਹ ਮੇਰਾ ਬੇਟਾ ਵੀ ਉਹੀ ਖਾਂਦਾ ਤੇ ਉਹੀ ਦਲੀਆ, ਮੇਰਾ ਬੇਟਾ ਵੀ ਤੇ ਮੇਰਾ ਪੋਤਾ ਵੀ, ਉਹ ਸਾਰੇ ਉਹੀ ਲਾਈਕ ਕਰਦੇ। ਅੱਛਾ, ਇੱਕ ਲਾਈਫ ਸਟਾਈਲ ਚੰਗੇ ਵਾਲਾ ਨਾ ਜੀ, ਉਹਨਾਂ ਨੂੰ ਵੀ ਅੱਛਾ ਲੱਗਦਾ। ਬਿਲਕੁਲ। ਤੇ ਜੋ ਉਹਨਾਂ ਨੂੰ ਥੋੜ੍ਹਾ ਜਿਹਾ ਜਦੋਂ ਅਸੀਂ ਇੱਕ ਫੋਰਸ ਕਰਦੇ ਹਾਂ, ਉਹਨਾਂ ਦਾ ਚੋਇਸ ਨਹੀਂ ਪੁੱਛਦੇ ਬੱਚੇ ਨੂੰ ਪਸੰਦ ਕੀ ਹੈ, ਤੈਨੂੰ ਇਹ ਖਾਣਾ ਪਏਗਾ, ਇਹ ਵੀ ਤੇ ਇੱਕ ਬੱਚੇ ਦੇ ਫੋਰਸ ਹੀ ਹੋ ਗਿਆ ਨਾ ਜੀ। ਤੁਸੀਂ ਤਾਂ ਆਰਡਰ ਕਰ ਰਹੇ ਹੋ, ਕਮਾਂਡ, ਤੇ ਬੱਚੇ ਨੂੰ ਕਮਾਂਡ ਨਹੀਂ ਇਸ ਤਰ੍ਹਾਂ ਕਰਨਾ, ਬੱਚੇ ਨੂੰ ਤਾਂ ਪਿਆਰ ਨਾਲ ਸਮਝਾਉਣਾ, ਇੱਕ ਖੁਦ ਪਹਿਲੇ ਵੈਲਿਊਬਲ ਬਣ ਕੇ, ਆਪਣੇ ਚਰਿੱਤਰ ਨਿਰਮਾਣ ਕਰਕੇ, ਆਪਣੇ ਆਪ ਨੂੰ ਇੰਨਾ ਵੈਲਿਊਬਲ ਬਣਾ ਕੇ, ਤੇ ਉਹ ਤੁਹਾਡੇ ਤੋਂ ਲਰਨ ਕਰੇਗਾ ਬੱਚਾ। ਆਰਡਰ ਨਹੀਂ, ਕਮਾਂਡ ਨਹੀਂ ਦਿਓ। ਬੱਚੇ ਦੇ ਵਿੱਚ ਅਗਰ ਪੰਜ ਗਲਤੀਆਂ ਹੈ ਤੇ ਉਹਦੀ ਪੰਜ ਵਿਸ਼ੇਸ਼ਤਾ ਵੀ ਤਾਂ ਹੈ। ਬਿਲਕੁਲ। ਤੁਸੀਂ ਗਲਤੀਆਂ ਨੂੰ ਪੁਆਇੰਟ ਆਊਟ ਕਰ ਕਰਕੇ ਉਹਨੂੰ ਡਾਂਟਦੇ ਜਾਂਦੇ ਹੋ, ਡਰਾਨੇ ਧਮਕਾਉਂਦੇ ਜਾਂਦੇ ਹੋ, ਤੇ ਜੇ ਆਹ ਨਹੀਂ ਕੀਤਾ ਤੇ ਇਹ ਹੋ ਜਾਏਗਾ, ਦੇਖ ਲਈ ਫੇਲ ਹੋ ਜਾਏਗਾ, ਪੜੇਗਾ ਨਹੀਂ ਤਾਂ। ਬਿਲਕੁਲ। ਡੀਮੋਰਲਾਈਜ਼ ਆਪਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਹੀ ਕਰਦੇ ਆ, ਨਹੀਂ ਤਾਂ ਕੁਝ ਪੇਰੈਂਟਸ ਹੁੰਦੇ ਜਿਹੜਾ ਫਰੀਡਮ ਵੀ ਇੰਨੀ ਜ਼ਿਆਦਾ ਦੇ ਦਿੰਦੇ ਆ ਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਿੱਥੇ ਉਹਨਾਂ ਨੂੰ ਰੋਕਣਾ ਚਾਹੀਦਾ ਹੈ, ਕਿੰਨੀ ਫਰੀਡਮ ਜ਼ਰੂਰੀ ਹੈ ਬੱਚਿਆਂ ਲਈ। ਬਿਲਕੁਲ, ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਫਰੀਡਮ ਵੀ ਦਿਓ ਔਰ ਵਿੱਚ ਰੋਕੋ ਵੀ ਜ਼ਰੂਰ ਜਦੋਂ ਲੱਗਦਾ ਕਿ ਕੁਝ ਗਲਤ ਹੈ, ਨਹੀਂ ਤੇ ਬੱਚਾ ਜੇ ਤੁਸੀਂ ਕਮਾਂਡ ਨਾਲ ਕਰਦੇ ਹੋ ਨਾ ਜੀ, ਬੱਚੇ ਨੂੰ ਕਹੋਗੇ ਅੱਜ ਸੇ ਤੂੰ ਇਹ ਕੰਮ ਨਹੀਂ ਕਰੇਗਾ, ਬੱਚਾ ਕਹੇਗਾ ਜੀ, 10-15 ਮਿੰਟ ਰਹੇਗਾ, ਮੁੜ ਕੇ ਫਿਰ ਉਹੀ ਕੰਮ ਕਰੇਗਾ। ਬਿਲਕੁਲ। ਜਿੱਦਾਂ ਕਿ ਤੁਸੀਂ ਗੱਲ ਕੀਤੀ ਕਿ ਆਪਾਂ ਸਵੇਰੇ ਤੋਂ ਜਾਂ ਕੋਈ ਵੀ ਇਸ ਤਰ੍ਹਾਂ ਦੀ ਇੱਕ ਮਾਰਨਿੰਗ ਹੈਬਿਟ ਜਾਂ ਕੋਈ ਵੀ ਵੈਲਿਊ ਆਪਣੇ ਲਾਈਫ 'ਚ ਪਾ ਲਈਏ ਤੇ ਉਹਦਾ ਅਸਰ ਬੱਚਿਆਂ 'ਤੇ ਵੀ ਹੁੰਦਾ। ਪਰ ਤੁਸੀਂ ਇੱਕ ਹੋਰ ਬਹੁਤ ਇੰਪੋਰਟੈਂਟ ਗੱਲ ਕੀਤੀ ਕਿ ਫਰੀਡਮ ਸਾਨੂੰ ਬੱਚਿਆਂ ਨੂੰ ਦੇਣੀ ਚਾਹੀਦੀ, ਆਪਾਂ ਉਹਨਾਂ ਨੂੰ ਕਮਾਂਡ ਨਹੀਂ ਕਰ ਸਕਦੇ ਹਰ ਵੇਲੇ, ਤੇ ਉਹ ਫਰੀਡਮ ਦਾ ਕੀ ਡੈਫੀਨੇਸ਼ਨ ਹੈ, ਕਿੰਨੀ ਫਰੀਡਮ ਬੱਚਿਆਂ ਲਈ ਸਹੀ ਹੈ ਤੇ ਕਿੰਨੀ ਫਰੀਡਮ ਬੱਚਿਆਂ ਨੂੰ ਬਰਬਾਦ ਕਰ ਸਕਦੀ ਹੈ। ਇੱਕ ਬਹੁਤ ਹੀ ਫਾਈਨ ਲਾਈਨ ਹੈ ਜਿਹੜੀ ਪੇਰੈਂਟਸ ਰੱਖਣਾ ਭੁੱਲ ਜਾਂਦੇ ਆ, ਤੇ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ? ਸੋ ਇਹ ਫਰੀਡਮ ਦੀ ਡੈਫੀਨੇਸ਼ਨ ਸਮਝਣ ਤੋਂ ਪਹਿਲੇ ਸਾਨੂੰ ਇਹ ਸਮਝਣਾ ਇੰਪੋਰਟੈਂਟ ਹੈ ਕਿ ਪੇਰੈਂਟਿੰਗ ਦਾ ਰੋਲ ਕੀ ਹੈ ਐਕਚੁਅਲੀ, ਐਂਡ ਪੇਰੈਂਟਿੰਗ ਦਾ ਰੋਲ ਬੱਚਿਆਂ ਵਾਸਤੇ ਬੇਸਿਕਲੀ ਇਹ ਹੈਗਾ ਕਿ ਬੱਚਿਆਂ ਨੇ ਲਾਈਫ ਨੂੰ ਆਪੇ ਡਿਸਕਵਰ ਕਰਨਾ, ਆਪੇ ਐਕਸਪੀਰੀਅੰਸ ਕਰਨਾ। ਸਪੋਜ਼ ਅਸੀਂ ਕਿਸੇ ਬੱਚੇ ਨੂੰ ਦੇ ਦਈਏ, ਦੱਸ ਦਈਏ ਕਿ ਇਹ ਤਰੀਕਾ ਜੀਵਨ ਜੀਣ ਦਾ, ਤੇ ਹੁਣ ਤੋਂ ਤੂੰ ਇਹ ਫੋਲੋ ਕਰੀ ਜਾ, ਉਹ ਕਿੰਨਾ ਬੋਰਿੰਗ ਹੈ। ਜਦ ਤੱਕ ਉਹੀ ਗੱਲਾਂ ਉਹ ਬੱਚਾ ਆਪੇ ਡਿਸਕਵਰ ਨਾ ਕਰੇ, ਐਂਡ ਡਿਸਕਵਰੀ ਹਮੇਸ਼ਾ ਫਰੀਡਮ ਨਾਲ ਹੀ ਹੁੰਦੀ ਹੈ। ਪੇਰੈਂਟਸ ਦਾ ਰੋਲ ਸਿਰਫ ਸੇਫਟੀ ਸਿਕਿਉਰਿਟੀ ਇਨਸ਼ੋਰ ਕਰਨਾ ਹੈ ਕਿ ਬੇਸਿਕਲੀ ਬਹੁਤ ਗਲਤ ਨਾ ਜਾ ਰਿਹਾ ਹੋਏ, ਮਗਰ ਹਰ ਚੀਜ਼ ਐਕਸਪੀਰੀਅੰਸ ਨਾਲ, ਡਿਸਕਵਰੀ ਨਾਲ, ਇਮੈਜੀਨੇਸ਼ਨ ਨਾਲ, ਇਹ ਚੀਜ਼ ਨਾਲ ਬੱਚਾ ਅੱਗੇ ਵੱਧਦਾ ਹੈ। ਸੋ ਟੋਟਲ ਫਰੀਡਮ, ਭਾਵੇਂ ਉਹ ਜੋ ਵੀ ਕਰਨਾ ਚਾਹੁੰਦਾ ਹੈ,
ਜਿਹਦੇ ਵਿੱਚ ਸੇਫਟੀ ਹੈ ਉਹ ਕਰਨ ਦਿਓ, ਤੇ ਜਿਹਦੇ ਵਿੱਚ ਹੋ ਸਕਦਾ ਸਾਨੂੰ ਲੱਗ ਰਿਹਾ ਸੇਫਟੀ ਨਹੀਂ ਹੈ, ਸਪੋਜ਼ ਉਹ ਪੇੜ ਚੜ੍ਹਨਾ ਚਾਹੁੰਦਾ, ਅਸੀਂ ਕਹਾਂਗੇ ਨਾ ਚੜ੍ਹ ਇਹਦੇ 'ਚ ਤੇ ਗਿਰ ਜਾਏਗਾ, ਮਗਰ ਸਾਡਾ ਕੰਮ ਹੈ ਉੱਥੇ ਇਨਸ਼ੋਰ ਕਰਨਾ ਇੱਕ ਕਿ ਕੋਈ ਉਹਨੂੰ ਟ੍ਰੇਨ ਕਰੇ ਚੜ੍ਹਨ ਨੂੰ, ਜੇ ਉਹ ਸਵਿਮਿੰਗ ਜਾਣਾ ਚਾਹੁੰਦਾ, ਜੇ ਉਹ ਬਾਰਿਸ਼ 'ਚ ਘੁੰਮਣਾ ਚਾਹੁੰਦਾ, ਤੇ ਅਸੀਂ ਕਹੀਏ ਬਿਮਾਰ ਹੋ ਜਾਏਗਾ, ਸਾਡਾ ਕੰਮ ਹੈ ਇਨਸ਼ੋਰ ਕਰਨਾ ਕਿ ਉਹਦੀ ਇਮਿਊਨਿਟੀ ਵਧੇ, ਇਹ ਨਹੀਂ ਕਿ ਉਹ ਨਾ ਜਾਏ। ਸਾਡੇ ਸਕੂਲ ਵਿੱਚ ਜਿੰਝ ਸਾਨੂੰ ਨਾ ਟ੍ਰੈਕਿੰਗ ਤੇ ਲੈ ਜਾਂਦੇ ਸੀ ਹਫ਼ਤਾ, ਸਾਰਾ ਸਕੂਲ ਜਾਂਦਾ ਸੀ। ਸੋ ਕਿਸੇ ਨੂੰ ਹੋਰ ਕੁਛ ਪੜ੍ਹਾਈ ਦਾ ਯਾਦ ਰਹੇ ਨਾ ਰਹੇ, ਮਗਰ ਉਸ ਟ੍ਰਿਪ ਦਾ ਇੱਕ ਇੱਕ ਚੀਜ਼, ਇੱਕ ਇੱਕ ਦਿਨ, ਇੱਕ ਇੱਕ ਮੂਮੈਂਟ ਯਾਦ ਹੁੰਦਾ ਸੀਗਾ, ਕਿੰਝ ਖਾਣਾ ਬਣਾਇਆ, ਕਿੰਝ ਤੁਰੇ, ਕੌਣ ਮਿਲਿਆ, ਸਭ ਕੁਛ ਯਾਦ ਰਹਿੰਦਾ। ਸੋ ਜਿਸ ਤਰ੍ਹਾਂ ਅਸੀਂ ਪੇਰੈਂਟਿੰਗ ਵਿੱਚ ਸ਼ੁਰੂ 'ਚ ਗੱਲ ਕੀਤੀ ਕਿ ਕਿਹੜੇ ਬੱਚੇ ਹੈ ਜੋ ਬੈਡ ਸਟਾਰਟ ਤੋਂ ਵੀ ਅੱਗੇ ਚੱਲ ਜਾਂਦੇ ਆ, ਕਿ ਜਿਨ੍ਹਾਂ ਦੇ ਪੇਰੈਂਟਸ ਨੇ ਉਹਨਾਂ ਨੂੰ ਐਕਸਪੋਜ਼ਰ ਦਿੱਤਾ ਬਾਹਰ ਲੈ ਕੇ ਗਏ, ਸੋ ਫਰੀਡਮ ਦੇ ਨਾਲ। ਰਾਈਟ, ਕਿਉਂਕਿ ਬੱਚਿਆਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਇੱਕ ਨਵੀਂ ਚੀਜ਼ ਹੋਵੇ। ਆਪਾਂ ਆਪਣੇ ਐਕਸਪੀਰੀਅੰਸਿਸ ਦੇ ਨਾਲ ਬੱਚਿਆਂ ਨੂੰ, ਉਹਨਾਂ ਦਾ ਬਚਾਵ ਤਾਂ ਕਰ ਸਕਦੇ ਹਾਂ ਪਰ ਉਹਨਾਂ ਨੂੰ ਗਲਤੀ ਕਰਨ ਤੋਂ ਨਹੀਂ ਰੋਕ ਸਕਦੇ। ਇਹੀ ਗੱਲ ਹੈ ਜਿਹੜੇ ਜਿਹੜੇ ਬਹੁਤ ਸਾਰੇ ਪੇਰੈਂਟਸ ਭੁੱਲ ਜਾਂਦੇ ਆ ਕਿ ਆਪਾਂ ਕਹਿ ਰਹੇ ਕਿ ਜੇ ਮੇਰੇ ਨਾਲ ਇਹ ਹੋਇਆ ਜਾਂ ਕਿਸੇ ਨੂੰ ਮੈਂ ਵੇਖਿਆ ਕਿ ਉਹਨਾਂ ਦੇ ਨਾਲ ਇਹ ਹੋਇਆ ਤੇ ਉਹਨਾਂ ਦੇ ਬੱਚੇ ਨਾਲ ਇਹ ਹੋ ਗਿਆ ਤੇ ਮੈਂ ਵੀ ਆਪਣੇ ਬੱਚਿਆਂ ਨੂੰ ਰੋਕਦਾ ਉਸ ਚੀਜ਼ ਕਰਨ ਨੂੰ। ਇਹ ਨਹੀਂ ਆਪਾਂ ਵੇਖਦੇ ਕਿ ਸਾਡੇ ਬੱਚੇ ਦੀ ਪੋਟੈਂਸ਼ੀਅਲ ਜਿਹੜੀ ਹੈ ਉਹ ਦੂਜੇ ਬੱਚਿਆਂ ਤੋਂ ਡਿਫਰੈਂਟ ਹੈ ਤੇ ਉਹਨੂੰ ਆਪਾਂ ਕਿੱਦਾਂ ਵਧਾ ਸਕਦੇ ਹਾਂ, ਨਾ ਕਿ ਉਹਨਾਂ ਨੂੰ ਸਪਰੈਸ ਕਰ ਸਕਦੇ ਹਾਂ। ਦੇਖੋ ਫਰੀਡਮ ਦਾ ਮਤਲਬ ਇਹ ਵੀ ਹੈ ਕਿ ਬੱਚੇ ਦੀ ਆਪਦੀ ਸਕਿੱਲ ਡਿਵੈਲਪਮੈਂਟ ਹੁੰਦੀ ਹੈ, ਉਹਦਾ ਆਪਦਾ ਮਾਈਂਡ ਡਿਵੈਲਪ ਹੁੰਦਾ। ਬੱਚਾ ਗਰੋਇੰਗ ਸਟੇਜ ਦੇ ਵਿੱਚ ਹੈ, ਡਿਵੈਲਪਿੰਗ ਸਟੇਜ ਦੇ ਵਿੱਚ ਹੈ। ਉਸ ਸਟੇਜ ਦੇ ਵਿੱਚ ਜੇ ਅਸੀਂ ਉਹਨੂੰ ਸਭ ਕੁਛ ਆਪ ਹੀ ਕਰੀ ਜਾਵਾਂਗੇ, ਉਹਨੂੰ ਕਰਨ ਦਾ ਮੌਕਾ ਹੀ ਨਹੀਂ ਦਿਆਂਗੇ, ਉਸ ਬੱਚੇ ਦਾ ਮਾਈਂਡ ਡਿਵੈਲਪ ਨਹੀਂ ਹੋਏਗਾ, ਉਹਦੀ ਸਕਿੱਲ ਡਿਵੈਲਪ ਨਹੀਂ ਹੋਏਗੀ, ਉਸ ਦੇ ਅੰਦਰ ਐਬਿਲਿਟੀਜ਼ ਨਹੀਂ ਵਧਣਗੀਆਂ। ਸੋ ਉਹਨੂੰ ਜ਼ਰੂਰ ਮੌਕਾ ਦੇਣਾ ਚਾਹੀਦਾ ਅੱਗੇ ਵਧਣ ਦਾ, ਉਹਨੂੰ ਗਰੋ ਕਰਨ ਦਾ, ਉਸਦੀ ਸਾਰੀ ਸਕਿੱਲਸ ਨੂੰ ਡਿਵੈਲਪ ਕਰਨ ਦਾ ਮੌਕਾ ਦੇਣਾ ਚਾਹੀਦਾ ਆਪਾਂ ਨੂੰ। ਜਿੱਥੇ ਸਪੋਰਟ ਦੀ ਲੋੜ ਹੈ ਉੱਥੇ ਸਪੋਰਟ ਦਿਓ, ਬਟ ਲੈਟ ਹਿਮ ਬੀ ਕ੍ਰੀਏਟਿਵ, ਉਸਦਾ ਬ੍ਰੇਨ ਵੀ ਕੰਮ ਕਰੇਗਾ। ਜਿੰਨਾ ਕ੍ਰੀਏਟਿਵ ਹੋਏਗਾ ਉਹ ਨਵੀਆਂ ਨਵੀਆਂ ਚੀਜ਼ਾਂ ਦੀ ਕ੍ਰੀਏਸ਼ਨ, ਤੁਹਾਨੂੰ ਵੀ ਕਹੀ ਯੂ ਵਿਲ ਬੀ ਸਰਪ੍ਰਾਈਜ਼ ਕਿ ਸਾਡੇ ਮਨ 'ਚ ਵਿਚਾਰ ਨਹੀਂ ਆਇਆ, ਦੇਖੋ ਇਸ ਬੱਚੇ ਦੇ ਮਨ 'ਚ ਵਿਚਾਰ ਆ ਗਿਆ, ਅਸੀਂ ਆਹ ਗੱਲ ਕਦੇ ਨਹੀਂ ਸੋਚੀ ਸੀ ਜਿਹੜੀ ਸਾਨੂੰ ਇਹਨੇ ਆਈਡੀਆ ਦਿੱਤਾ। ਸੋ ਉਹਨੂੰ ਆਪਾਂ ਨੂੰ ਫਰੀਡਮ ਪੂਰੀ ਦੇਣੀ ਚਾਹੀਦੀ ਹੈ ਗਰੋ ਕਰਨ ਦੀ, ਡਿਵੈਲਪ ਕਰਨ ਦੀ, ਨਾ ਕਿ ਕਿਸੇ ਗਲਤ ਪਾਸੇ ਜਾਣ ਦੇ। ਹਾਂ, ਲੱਗਦਾ ਜਿੱਥੇ ਤੁਹਾਨੂੰ ਲੱਗ ਰਿਹਾ ਕਿ ਉਹ ਰਸਤੇ ਤੋਂ ਭਟਕ ਰਿਹਾ, ਉੱਥੇ ਥੋੜਾ ਪਿਆਰ ਨਾਲ ਗਾਈਡ ਕਰਨਾ ਸਾਡਾ ਫਰਜ਼ ਬਣਦਾ। ਸੋ ਇਹ ਆਪਾਂ ਬੱਚੇ ਤੇ ਤੁਹਾਨੂੰ ਪਤਾ ਮਨ ਦੇ ਸੱਚੇ, ਹਾਂਜੀ, ਉਹ ਤੁਹਾਨੂੰ ਪਤਾ ਕਿ ਆਤਮਾ ਦੀ ਜਿਹੜੀ ਪਿਓਰ ਕੁਆਲਿਟੀਜ਼ ਹੈ ਉਹ ਸਾਰੀਆਂ ਉਹਦੇ ਅੰਦਰ ਹੁੰਦੀਆਂ ਨੇ, ਤੇ ਜਿਹੜੀਆਂ ਕਿ ਹੌਲੀ ਹੌਲੀ ਖਤਮ ਹੁੰਦੀਆਂ ਜਾਂਦੀਆਂ ਨੇ, ਕਿਉਂਕਿ ਜਿਵੇਂ ਜਿਵੇਂ ਜੈਸੇ ਕਹਿੰਦੇ ਨਾ ਜਿਵੇਂ ਬੱਚਿਆਂ ਦੀ ਉਮਰ ਬੜੇ ਤਦ ਉਹਨਾਂ ਦੇ ਵਿੱਚ ਵਿਕਾਰ ਵੱਧਦੇ ਨੇ। ਸੋ ਉਹਨਾਂ ਦੇ ਵਿੱਚ ਉਹ ਵਧਣ ਦੇ ਨਾਲ ਜੇ ਅਸੀਂ ਉਸ ਰਸਤੇ ਤੇ ਲੈ ਕੇ ਜਾਂਦੇ ਹਾਂ, ਉਹਨੂੰ ਫਰੀਡਮ ਦਿੰਦੇ ਹਾਂ, ਉਹ ਸਮਝਦਾ ਸਾਰੀ ਗੱਲ ਨੂੰ, ਉਹ ਹਰ ਗੱਲ ਨੂੰ ਸਮਝ ਕੇ ਸਮਝਦਾਰੀ ਨਾਲ ਕੰਮ ਕਰਦਾ, ਤੇ ਉਹਨੂੰ ਸਮਝਦਾਰ ਬਣਨ ਦਾ ਮੌਕਾ ਦਿਓ, ਵਿਵੇਕਸ਼ੀਲ ਬਣਨ ਦਾ ਮੌਕਾ ਦਿਓ। ਜਿੱਦਾਂ ਕਿ ਆਪਾਂ ਚਰਚਾ ਕੀਤੀ ਤੇ ਇਹ ਵੀ ਜਾਣਿਆ ਕਿ ਇੱਕ ਬੱਚੇ ਦੇ ਨਾਲ ਮਾਪੇ ਦਾ ਵੀ ਜਨਮ ਹੁੰਦਾ ਹੈ, ਇਸ ਰਿਸਪੋਂਸਿਬਿਲਿਟੀ ਨੂੰ, ਇਸ ਜਿਹੜਾ ਇਹ ਖੂਬਸੂਰਤ ਜਿਹਾ ਰਿਸ਼ਤਾ ਹੈ ਇਸ ਨੂੰ ਸਾਰੇ ਜਾਣਦੇ ਤਾਂ ਹੈ ਪਰ ਸਮਝਣ ਦੀ ਹਰ ਕਿਸੇ ਵਿੱਚ ਰੀਝ ਨਹੀਂ ਹੈਗੀ ਇੰਨੀ। ਤੇ ਜਿੱਦਾਂ ਕਿ ਤੁਸੀਂ ਸਾਡੇ ਨਾਲ ਜੁੜੇ ਰਹੇ, ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਦਾ। ਓਮ ਸ਼ਾਂਤੀ। ਜਿੱਦਾਂ ਕਿ ਆਪਾਂ ਅੱਜ ਦੀ ਚਰਚਾ ਵਿੱਚ ਇਹ ਜਾਣਿਆ ਕਿ ਕਿੱਦਾਂ ਸਾਡੇ ਬੱਚਿਆਂ ਨਾਲ ਪਿਆਰ ਨਾਲ ਗੱਲ ਕਰਨ ਨਾਲ ਕਿੰਨੀ ਸਾਰੀ ਪ੍ਰੋਬਲਮ ਸਾਡੇ ਲਈ ਅਤੇ ਬੱਚਿਆਂ ਲਈ ਵੀ ਸੋਲਵ ਹੋ ਸਕਦੀ ਹੈ, ਅਤੇ ਆਪਾਂ ਕੀ ਕਰ ਸਕਦੇ ਹਾਂ ਉਹਨਾਂ ਦੇ ਵਿੱਚ ਮੋਰ ਵੈਲਿਊਜ਼ ਅਤੇ ਮੋਰਲਸ ਲਿਆਉਣ ਲਈ। ਜੇ ਆਪਾਂ ਉਸ ਬੱਚੇ ਨਾਲ ਅਗਰੈਸਿਵਲੀ ਜੇ ਬਹੁਤ ਹੀ ਭੜਕ ਕੇ ਗੱਲ ਕਰਾਂਗੇ ਜਾਂ ਉਹਨਾਂ ਨੂੰ ਕਮਾਂਡ ਕਰਾਂਗੇ ਤਾਂ ਬੱਚੇ ਕਦੇ ਵੀ ਤੁਹਾਡੀ ਉਹ ਗੱਲ ਨਹੀਂ ਸੁਣਨਗੇ ਜਿਹੜੀ ਤੁਸੀਂ ਉਹਨਾਂ ਨੂੰ ਪਹੁੰਚਾਉਣਾ ਚਾਹੁੰਦੇ ਹੋ। ਉਲਟਾ ਉਹ ਹੋਰ ਰਬੈਲੀਅਸ ਹੋ ਜਾਣਗੇ ਅਤੇ ਉਹਨਾਂ ਦੇ ਵਿੱਚ ਉਹ ਅਗਰੈਸ਼ਨ ਵੱਧਦਾ ਜਾਏਗਾ ਜਿਹੜਾ ਅੱਗੇ ਚੱਲ ਕੇ ਤੁਹਾਡੇ ਲਈ ਅਤੇ ਸਾਡੇ ਲਈ ਵੀ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰੇਗਾ। ਪਰ ਜੇ ਆਪਾਂ ਚੰਗੀ ਵੈਲਿਊਜ਼ ਸਟਾਰਟਿੰਗ ਤੋਂ ਹੀ ਜਿਹੜੇ ਪਹਿਲਾਂ 5 ਸਾਲ ਜਾਂ 5 ਤੋਂ 10 ਸਾਲ ਹੈਗੇ ਆ ਬੱਚਿਆਂ ਦੇ ਉਹਨਾਂ ਦੇ ਵਿੱਚ ਪਾ ਦਈਏ, ਉਹਨਾਂ ਨੂੰ ਦੱਸੀਏ ਕਿ ਚੰਗੇ ਮੋਰਲ ਵੈਲਿਊਜ਼, ਹਲੀਮੀ, ਹਿਊਮਿਲਿਟੀ ਅਤੇ ਕਦਰ ਕਿੱਦਾਂ ਕੀਤੀ ਜਾਂਦੀ ਹੈ, ਇਮੋਸ਼ਨ ਅਟੈਚਮੈਂਟ, ਜੇ ਆਪਾਂ ਉਹਨਾਂ ਨਾਲ ਪਿਆਰ ਨਾਲ ਗੱਲ ਕਰੀਏ ਤਾਂ ਇਹ ਚੀਜ਼ਾਂ ਵੱਧਦੀਆਂ ਜਾਣਗੀਆਂ, ਪਿਆਰ ਭਰਪੂਰ ਹੁੰਦਾ ਜਾਏਗਾ ਅਤੇ ਇਹ ਰਿਸ਼ਤਾ ਵੀ ਉਹਨਾਂ ਹੀ ਸੌਖਾ ਹੋ ਜਾਏਗਾ ਜਿੰਨਾ ਸੌਖਾ ਸਾਡੇ ਲਈ ਸਾਹ ਲੈਣਾ ਹੈ। ਓਮ ਸ਼ਾਂਤੀ।
ਆਪਣੇ ਸੁਝਾਅ ਦੇਣ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਗੋਲਡੀਵੁੱਡ ਸਟੂਡੀਓ ਸ਼ਾਂਤੀਵਨ ਮੋਬਾਈਲ ਨੰਬਰ 80994394487 ਈਮੇਲ punjabi.gws@gmail.com